ਇਟਸ ਯੂਅਰ ਬੋਡੀ ਹੋਲੀ ਬਾਬਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੋਸਤ ਜਗਮੀਤ ਬਰਾੜਤੀ ਜੀ, ਬੋਡੀ ਹੋਲੀ ਬਾਬਾ ਚੈਨਲ ਲਿਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਤੁਸੀਂ ਅਕਸਰ ਹੀ ਮੈਸੇਜ ਕਮੈਂਟ ਕਰਕੇ ਪੁੱਛਦੇ ਰਹਿੰਦੇ ਹੋ ਕਿ ਅਸੀਂ ਆਇਲਸ ਕਰਨਾ ਚਾਹੁੰਦੇ ਹਾਂ ਪਰ ਸਾਡੇ ਬੈਂਡ ਨਹੀਂ ਆ ਰਹੇ। ਅਸੀਂ ਕਾਫੀ ਵਾਰ ਆਇਲਸ ਟਰਾਈ ਕਰ ਚੁੱਕੇ ਹਾਂ, ਐਗਜ਼ਾਮ ਦੇ ਚੁੱਕੇ ਹਾਂ, ਪਰ ਤੁਹਾਡੇ 8777 ਬੈਂਡ ਨਹੀਂ ਆਏ। ਸੋ ਸਾਡੇ ਨਾਲ ਖਾਸ ਤੌਰ 'ਤੇ ਇੰਜੀਨੀਅਰ ਰੁਪਿੰਦਰ ਕੌਰ ਜੀ ਮੌਜੂਦ ਆ, ਜਿਨ੍ਹਾਂ ਦੇ ਖੁਦ ਦੇ 8777 ਬੈਂਡ ਆਏ ਆ। ਜੇ ਆਪਾਂ 8777 ਦੀ ਗੱਲ ਕਰੀਏ, ਉਹਨਾਂ ਦੇ 8777 ਤੋਂ ਵੀ ਵੱਧ ਆਇਆ। ਉਹਨਾਂ ਦੇ ਰੀਡਿੰਗ 'ਚੋਂ 8.5, ਲਿਸਨਿੰਗ 'ਚੋਂ 8.5, ਰਾਈਟਿੰਗ 'ਚੋਂ 7.5 ਐਂਡ ਸਪੀਕਿੰਗ 'ਚੋਂ 7.5 ਆ। ਸੋ ਬਹੁਤ ਹੀ ਵਧੀਆ ਉਹਨਾਂ ਦੇ ਬੈਂਡ ਸਕੋਰ ਆ। ਆਪਾਂ ਉਹਨਾਂ ਤੋਂ ਪੂਰੇ ਵਿਸਤਾਰ ਵਿੱਚ ਜਾਣਕਾਰੀ ਲਵਾਂਗੇ ਕਿ ਉਹਨਾਂ ਨੇ ਕਿਸ ਤਰ੍ਹਾਂ ਤਿਆਰੀ ਕੀਤੀ, ਉਹ ਸਾਨੂੰ ਆਪਣੀਆਂ ਟਿਪਸ ਦੇਣਗੇ। ਸੋ ਦੋਸਤੋ, ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖੋ, ਅਤੇ ਜੇਕਰ ਤੁਸੀਂ ਆਪਣਾ ਚੈਨਲ ਬੋਡੀ ਹੋਲੀ ਬਾਬਾ ਜੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਵਧੀਆ ਵਧੀਆ ਵੀਡੀਓ ਹਰ ਰੋਜ਼ ਵੇਖਣ ਲਈ ਆਪਣੇ ਚੈਨਲ ਨੂੰ ਇਸ ਵੀਡੀਓ ਦੇ ਹੇਠਾਂ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ। ਸੋ ਦੋਸਤੋ, ਹੁਣ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋ, ਆਓ ਆਪਾਂ ਇੰਜੀਨੀਅਰ ਰੁਪਿੰਦਰ ਕੌਰ ਜੀ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਤੋਂ ਪੂਰੇ ਵਿਸਤਾਰ ਵਿੱਚ ਜਾਣਦੇ ਕਿ ਉਹਨਾਂ ਨੇ ਕਿਸ ਤਰ੍ਹਾਂ ਆਇਲਸ ਦੇ ਐਗਜ਼ਾਮ ਦੀ ਤਿਆਰੀ ਕੀਤੀ। ਮੈਮ, ਸਾਡੇ ਸਟੂਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਸਰ। ਦੋਸਤੋ, ਅੱਜ ਆਪਾਂ ਗੱਲਬਾਤ ਕਰਦੇ ਹਾਂ ਮੈਡਮ ਇੰਜੀਨੀਅਰ ਰੁਪਿੰਦਰ ਕੌਰ ਜੀ ਨਾਲ, ਇਹ ਯੂਰੇਸ਼ੀਆ ਮੋਹਾਲੀ ਵਿਖੇ ਆਇਲਸ ਦੇ ਟ੍ਰੇਨਰ ਆ। ਸੋ ਮੈਮ, ਸਾਡੇ ਸਰੋਤਿਆਂ ਨੂੰ ਤੁਸੀਂ ਪੂਰੇ ਵਿਸਤਾਰ ਵਿੱਚ ਦੱਸੋ ਕਿ ਤੁਸੀਂ ਕਿਸ ਤਰ੍ਹਾਂ ਆਇਲਸ ਦੀ ਤਿਆਰੀ ਕੀਤੀ, ਕਿਉਂਕਿ ਤੁਹਾਡੇ ਬਹੁਤ ਹੀ ਵਧੀਆ ਬੈਂਡ ਸਕੋਰ ਆਏ ਆ। ਸੋ ਆਓ ਦੋਸਤੋ, ਆਪਾਂ ਮੈਮ ਤੋਂ ਆਇਲਸ ਬਾਰੇ ਪੂਰੀ ਜਾਣਕਾਰੀ ਲੈਂਦੇ ਕਿ ਉਹ ਆਪਣੀਆਂ ਕਿਸ ਤਰ੍ਹਾਂ ਟਿਪਸ ਦਿੰਦੇ ਆ। ਤੁਸੀਂ ਪੂਰੀ ਧਿਆਨ ਨਾਲ ਵੀਡੀਓ ਦੇਖਿਓ, ਕਿਉਂਕਿ ਉਹਨਾਂ ਦੇ ਇੱਕ ਇੱਕ ਟਿਪਸ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਆ। ਸੋ ਮੈਮ, ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰਾਈਟਿੰਗ ਤੋਂ। ਰਾਈਟਿੰਗ ਮੋਡਿਊਲ ਨੂੰ ਕਾਫੀ ਟਫ ਮੰਨਿਆ ਜਾਂਦਾ ਕਿਉਂਕਿ ਹਰ ਕਿਸੇ ਦੇ ਅੱਜ ਕੱਲ੍ਹ ਪੰਜਾਬ ਦੇ ਵਿੱਚ ਆਪਾਂ ਜੇ ਗੱਲ ਕਰੀਏ ਕਾਫੀ ਮਿਹਨਤ ਕਰਨ ਤੋਂ ਬਾਅਦ ਵੀ 6.5 ਬੈਂਡ ਆਉਂਦੇ ਆ, ਪਰ ਤੁਸੀਂ ਮਤਲਬ ਕਿ ਬਹੁਤ ਵੱਡਾ ਕੰਮ ਕੀਤਾ ਤੁਹਾਡੇ 7.5 ਰਾਈਟਿੰਗ ਵਿੱਚੋਂ। ਸੋ ਸਾਡੇ ਸਰੋਤਿਆਂ ਨੂੰ ਜਾਣੂ ਕਰਾਓ ਕਿ ਕਿਸ ਤਰ੍ਹਾਂ ਤੁਸੀਂ ਰਾਈਟਿੰਗ ਦੀ ਤਿਆਰੀ ਕੀਤੀ। ਰਾਈਟਿੰਗ ਦੀ ਤਿਆਰੀ ਕਰਨ ਲਈ ਸਰ ਕੁਝ ਕੁ ਟਿਪਸ ਹੁੰਦੇ ਆ ਜਿਹੜੇ ਫੋਲੋ ਕਰਨੇ ਪੈਂਦੇ ਆ, ਜਿਸ ਤਰ੍ਹਾਂ ਕਿ ਫਾਰਮੈਟ ਦਾ ਮੈਂ ਬਹੁਤ ਧਿਆਨ ਰੱਖਿਆ ਕਿ ਕਿਹੜਾ ਫਾਰਮੈਟ ਫੋਲੋ ਕਰਨਾ ਡਿਫਰੈਂਟ ਡਿਫਰੈਂਟ ਤਰੀਕੇ ਦੇ ਐਸੇਜ਼ ਲਈ। ਫਿਰ ਉਸ ਤੋਂ ਬਾਅਦ ਆ ਜਾਂਦਾ ਆਪਣੇ ਕੋਲ ਕਿ ਕਿਹੜਾ ਆਪਾਂ ਸੈਂਟੈਂਸ ਫਾਰਮੇਸ਼ਨ ਰੱਖਣਾ, ਕੰਪਲੈਕਸ, ਕੰਪਾਊਂਡ, ਗਰੁੱਪ ਆਫ ਸੈਂਟੈਂਸ ਬਣਾਉਣੇ ਪੈਂਦੇ ਨੇ ਤਾਂ ਕਿ ਪੜ੍ਹਨ ਵਾਲੇ ਨੂੰ ਮਜ਼ਾ ਆਵੇ। ਇੱਕੋ ਤਰੀਕੇ ਦੇ ਸੈਂਟੈਂਸ 'ਚ ਲਿਖਦੇ ਆ ਫਿਰ ਬੋਰਿੰਗ ਹੋ ਜਾਂਦਾ, ਐਗਜ਼ਾਮੀਨਰ ਪੜ੍ਹਦਾ ਨਹੀਂ ਹੈ ਉਸ ਐਸੇ। ਕਾਫੀ ਲੋਕ ਕਹਿੰਦੇ ਕਿ ਜਿਵੇਂ ਕੋਈ ਬੱਚਾ ਕਿਸੇ ਵੀ ਇੰਸਟੀਟਿਊਟ 'ਤੇ ਜਾਂਦਾ, ਉਹ ਕਹਿੰਦੇ ਵਕੈਬ ਯੂਜ਼ ਕਰੋ, ਹੈ ਨਾ, ਅਤੇ ਤੁਸੀਂ ਵੀ ਵਾਕਈ ਵਕੈਬ ਯੂਜ਼ ਕੀਤੀ ਹੋਊਗੀ, ਬਟ ਸਹੀ ਵਕੈਬ ਯੂਜ਼ ਕਰਨ ਦਾ ਕੀ ਵੇ ਆ? ਕਿਉਂਕਿ ਬਹੁਤੇ ਬੱਚਿਆਂ ਨੂੰ ਜਦੋਂ ਸੁਣ ਲੈਂਦੇ ਜਾਂ ਨੈੱਟ ਤੋਂ ਵੀ ਸੁਣ ਲੈਂਦੇ, ਯੂਟਿਊਬ ਤੋਂ ਵੀ ਸੁਣ ਲੈਂਦੇ ਕਿ ਵਕੈਬ ਯੂਜ਼ ਕਰੋ, ਤੁਸੀਂ ਕਿਸ ਤਰ੍ਹਾਂ ਵਕੈਬ ਯੂਜ਼ ਕੀਤੀ ਸੀ ਉਹ ਬੱਚਿਆਂ ਨੂੰ ਜ਼ਰੂਰ ਜਾਣੂ ਕਰਾਓ, ਕਿਉਂਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਵਕੈਬ ਯੂਜ਼ ਕਰਨ ਦਾ ਸਹੀ ਢੰਗ ਹੈ, ਯਾਨੀ ਕਿ ਜਿਹੜੀ ਵੀ ਤੁਸੀਂ ਵਕੈਬ ਪਾਸੇ ਪਾਸੇ ਸੁਣੀ ਉਹ ਯੂਜ਼ ਕਰ ਲਈ। ਸੋ ਉਹਦਾ ਮੈਮ ਤੁਸੀਂ ਜ਼ਰੂਰ ਦੱਸੋ ਵੀ ਕਿੱਦਾਂ ਯੂਜ਼ ਕੀਤੀ ਸੀ। ਡੈਫੀਨੇਟਲੀ ਸਰ, ਵਕੈਬ ਜ਼ਰੂਰੀ ਹੁੰਦੀ ਹੈ ਐਸੇ 'ਚ ਪਾਉਣੀ, ਬਟ ਜਦੋਂ ਬੱਚੇ ਇੰਟਰਨੈਟ ਤੋਂ ਇਹ ਚੀਜ਼ ਨੂੰ ਸਰਚ ਕਰਦੇ ਆ ਉਹ ਮਿਸਗਾਈਡ ਹੋ ਜਾਂਦੇ ਆ ਕਿਤੇ ਨਾ ਕਿਤੇ, ਅਤੇ ਜਿਹੜੇ ਵਰਡ ਉੱਥੇ ਜ਼ਰੂਰੀ ਨਹੀਂ ਹੁੰਦੇ ਉਹ ਵੀ ਪਾ ਦਿੰਦੇ ਨੇ, ਅਤੇ ਉਹ ਇੱਕ ਨੈਗੇਟਿਵ ਇਫੈਕਟ ਦਿੰਦੇ ਨੇ ਐਸੇ ਨੂੰ, ਜਿਹਦੇ ਕਰਕੇ ਉਹਨਾਂ ਦਾ ਬੈਂਡ ਸਕੋਰ ਘੱਟ ਜਾਂਦਾ। ਤਾਂ ਅਸੀਂ ਇੱਥੇ ਯੂਰੇਸ਼ੀਆ 'ਚ ਬੱਚਿਆਂ ਨੂੰ ਪ੍ਰੋਪਰ ਜਿਹੜੀ ਵਕੈਬ ਆ ਉਹ ਦੱਸਦੇ ਹਾਂ ਕਿ ਕਿਸ ਤਰ੍ਹਾਂ ਦੇ ਐਸੇ ਵਿੱਚ ਕਿਹੋ ਜਿਹੀ ਵਕੈਬ ਉਹ ਪਾ ਸਕਦੇ ਨੇ ਜਿਹਦੇ ਨਾਲ ਉਹਨਾਂ ਦਾ ਬੈਂਡ ਸਕੋਰ ਜਿਹੜਾ ਹਾਈ ਹੋ ਜਾਵੇ। ਬਾਕੀ ਮੈਮ, ਜੇ ਆਪਾਂ ਓਵਰਆਲ ਰਾਈਟਿੰਗ ਦੀ ਗੱਲ ਕਰੀਏ, ਤੁਸੀਂ ਕੀ ਸੁਜੈਸਟ ਕਰੋਗੇ ਸਟੂਡੈਂਟਸ ਨੂੰ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਕਿ ਖੁਦ ਵੀ ਬੱਚੇ ਰਾਈਟਿੰਗ ਦੀ ਤਿਆਰੀ ਕਰ ਸਕਦੇ ਆ? ਕਿਉਂਕਿ ਆਪਾਂ ਸੁਣਦੇ ਜਿਵੇਂ ਰੀਡਿੰਗ ਦੀ ਜਦੋਂ ਆਪਾਂ ਮੰਨ ਲਿਆ ਤਿਆਰੀ ਕਰ ਲਾਂਗੇ ਜਾਂ ਲਿਸਨਿੰਗ ਦੀ ਵੀ ਹੋਜੂ, ਬਟ ਰਾਈਟਿੰਗ ਲਈ ਤੁਸੀਂ ਕੀ ਕਹੋਗੇ? ਰਾਈਟਿੰਗ ਦੀ ਆਪਾਂ ਘਰੇ ਮੇਰੇ ਖਿਆਲ ਤਾਂ ਤਿਆਰੀ ਨਹੀਂ ਕਰ ਸਕਦੇ, ਕਿਉਂਕਿ ਆਪਣੇ ਕੋਲ ਇੱਕ ਟੀਚਰ ਹੋਣਾ ਚਾਹੀਦਾ ਜੋ ਆਪਣੀਆਂ ਮਿਸਟੇਕਸ ਚੈੱਕ ਕਰ ਸਕੇ, ਕਿਉਂਕਿ ਜੇ ਆਪਾਂ ਖੁਦ ਲਿਖਾਂਗੇ ਆਪਾਂ ਨੂੰ ਤਾਂ ਲੱਗੂਗਾ ਆਪਾਂ ਤਾਂ ਸਹੀ ਲਿਖਿਆ, ਹੈ ਨਾ? ਬਿਲਕੁਲ। ਸੋ ਤੁਸੀਂ ਉਹਦੇ ਬਾਰੇ ਵੀ ਦੱਸੋ ਕਿ ਬੱਚਿਆਂ ਨੂੰ ਜਿਹੜੇ ਉਹਦੇ ਡਾਊਟ ਆ ਕਲੀਅਰ ਹੋ ਸਕਣ, ਕਿਉਂਕਿ ਬਹੁਤ ਸਾਰੇ ਲੋਕ ਬਸ ਇੰਟਰਨੈਟ ਤੇ ਬੈਠੇ ਫਾਲਤੂ ਦੀਆਂ ਅਫਵਾਹਾਂ ਹੀ ਫੈਲਾਉਂਦੇ ਰਹਿੰਦੇ ਆ ਨਾ ਜੀ। ਹਾਂਜੀ ਬਿਲਕੁਲ ਸਰ, ਕਿਉਂਕਿ ਰਾਈਟਿੰਗ ਹੈ ਜਿਹੜਾ ਇਹ ਮੈਨੂਅਲੀ ਅਟੈਸਟ ਹੋਣ ਵਾਲੀ ਚੀਜ਼ ਹੈ, ਮਤਲਬ ਇੰਟਰਨੈਟ ਵੀ ਇਹਨੂੰ ਟੈਸਟ ਨਹੀਂ ਕਰ ਸਕਦਾ। ਜੇ ਆਪਾਂ ਮੰਨ ਲਓ ਐਸੇ ਲਿਖ ਵੀ ਲਿਆ, ਆਪਾਂ ਨੂੰ ਨਹੀਂ ਪਤਾ ਚੱਲੂਗਾ ਆਪਾਂ ਕਿੰਨਾ ਕੁ ਸਹੀ ਲਿਖਿਆ ਜਾਂ ਇਹਦੇ ਵਿੱਚ ਕਿੰਨੇ ਬੈਂਡ, ਤਾਂ ਡੈਫੀਨੇਟਲੀ ਇੱਕ ਟਿਊਟਰ ਦੀ ਤਾਂ ਜ਼ਰੂਰਤ ਹੁੰਦੀ ਹੀ ਹੈ।
ਅਤੇ ਉਹ ਇੱਕ ਇਹੋ ਜਿਹੀਆਂ ਟਿਪਸ ਵੀ ਦੱਸ ਦਿੰਦੇ ਆ ਜਿੱਥੇ ਬੱਚੇ ਦੀਆਂ ਬੈਕਲੋਗਸ ਨੇ ਜਾਂ ਜਿੱਥੇ ਉਹਨਾਂ ਨੂੰ ਲੱਗਦਾ ਵੀ ਕੁਛ ਕਮੀ ਹੈ, ਉਹ ਚੀਜ਼ਾਂ 'ਤੇ ਵਰਕ ਹੋ ਸਕਦਾ, ਨਾ ਕਿ ਸਾਰੀਆਂ ਚੀਜ਼ਾਂ 'ਤੇ, ਤਾਂ ਡੈਫੀਨੇਟਲੀ ਟਿਊਟਰ ਚਾਹੀਦਾ। ਬਿਲਕੁਲ ਜੀ। ਸੋ ਦੋਸਤੋ, ਹੁਣ ਆਪਾਂ ਗੱਲ ਕਰਦੇ ਹਾਂ ਰੀਡਿੰਗ ਦੀ, ਕਿਉਂਕਿ ਰਾਈਟਿੰਗ ਤੋਂ ਬਾਅਦ ਰੀਡਿੰਗ ਨੂੰ ਵੀ ਕਾਫੀ ਲੋਕ ਟਫ ਮੰਨਦੇ ਆ, ਕਿਉਂਕਿ ਟਾਈਮ ਮੈਨੇਜਮੈਂਟ ਕਾਫੀ ਇਹਦੇ ਵਿੱਚ ਟਫ ਹੁੰਦਾ ਕੰਮ, ਕਿ ਟਾਈਮ ਮੈਨੇਜਮੈਂਟ ਕਰਨਾ ਔਖਾ ਹੋ ਜਾਂਦਾ। ਰੀਡਿੰਗ ਤਾਂ ਲੋਕ ਕਰ ਲੈਂਦੇ ਆ, ਬਟ ਟਾਈਮ ਮੈਨੇਜ ਕਰਨਾ ਔਖਾ। ਸੋ ਮੈਂ ਤੁਹਾਡੇ 8.5 ਰੀਡਿੰਗ ਵਿੱਚ ਆਇਆ। ਸੋ ਤੁਸੀਂ ਕਿਸ ਤਰ੍ਹਾਂ ਤਿਆਰੀ ਕੀਤੀ, ਕਿਵੇਂ ਤੁਹਾਡੀ ਤੁਸੀਂ ਟਾਈਮ ਮੈਨੇਜਮੈਂਟ ਕਰਦੇ ਸੀ, ਕਿੰਨੀ ਕੁ ਤਿਆਰੀ ਕਰਦੇ ਸੀ, ਕਿਹੜੇ ਕਿਹੜੇ ਤੁਸੀਂ ਸੋਰਸਿਸ ਯੂਜ਼ ਕੀਤੇ ਰੀਡਿੰਗ ਦੀ ਤਿਆਰੀ ਲਈ, ਉਹ ਵੀ ਦੱਸੋ ਜੀ। ਰੀਡਿੰਗ ਲਈ ਸਰ, ਜਦੋਂ ਸੁਣਦੇ ਆ ਨਾ ਲੱਗਦਾ ਬਹੁਤ ਸੌਖੀ ਜਿਹੀ ਚੀਜ਼ ਹੈ, ਬਟ ਐਕਚੁਅਲ 'ਚ ਹੈ ਨਹੀਂ, ਕਿਉਂਕਿ ਇੰਨੇ ਵੱਡੇ ਪੈਰਾਗ੍ਰਾਫਸ ਹੁੰਦੇ ਆ, ਟਾਈਮ ਸਿਰਫ 1 ਘੰਟੇ ਦਾ ਹੁੰਦਾ, 40 ਕੁਐਸਚਨਸ ਕਰਨੇ ਹੁੰਦੇ ਆ। ਤਾਂ ਮੈਂ ਤਾਂ ਇਹੀ ਕਰਦੀ ਸੀ ਕਿ ਸਕਿਮਿੰਗ ਕਰੋ, ਆਪਣੇ ਦਿਮਾਗ ਨੂੰ ਸਟੋਪ ਕਰ ਦਿਉ ਕਿ ਤੂੰ ਨਹੀਂ ਪੜ੍ਹਨਾ ਪਿੱਛੇ, ਅਤੇ ਆਪਣੀਆਂ ਸਿਰਫ ਅੱਖਾਂ ਨਾਲ ਹੀ ਪੜ੍ਹਿਆ ਜਾਵੇ, ਸੋ ਦੈਟ ਬਹੁਤ ਛੇਤੀ ਹੋ ਜਾਏ। ਅਪਾਰਟ ਫਰੋਮ ਟਿਪਸ ਹੁੰਦੀਆਂ ਜਿਵੇਂ ਕਿ ਅਸੀਂ ਯੂਰੇਸ਼ੀਆ 'ਚ ਦਿੰਦੇ ਹਾਂ ਬੱਚਿਆਂ ਨੂੰ ਕਿ ਪੂਰਾ ਪੈਰਾਗ੍ਰਾਫ ਨਹੀਂ ਪੜ੍ਹਨਾ, ਜਿਸ ਨਾਲ ਉਹਨਾਂ ਦੇ ਆਨਸਰਸ ਰੋਂਗ ਹੋ ਜਾਂਦੇ ਆ। ਤਾਂ ਕੁਛ ਚੀਜ਼ਾਂ ਹੁੰਦੀਆਂ ਜੋ ਧਿਆਨ ਰੱਖਣੀ, ਕਿੰਨਾ ਕੁ ਪੈਰਾਗ੍ਰਾਫ ਪੜ੍ਹਿਆ ਜਾਵੇ, ਕਿਸ ਤਰ੍ਹਾਂ ਦਾ ਕੁਐਸਚਨ ਸੋਲਵ ਕਰਦੇ ਆ। ਅਤੇ ਮੋਸਟ ਇੰਪੋਰਟੈਂਟਲੀ ਚੀਜ਼ ਹੁੰਦੀ ਹੈ ਵੀ ਪਹਿਲਾਂ ਕੁਐਸਚਨ ਪੜ੍ਹੋ, ਵੀ ਕੁਐਸਚਨ ਦੀ ਡਿਮਾਂਡ ਕੀ ਹੈ, 1 ਵਰਡ ਮੰਗ ਰਿਹਾ ਜਾਂ ਮੋਰ ਦੈਨ 2 ਹੈ, ਉਹਦੇ ਅਕੋਰਡਿੰਗ ਹੀ ਆਨਸਰ ਕੀਤਾ ਜਾਵੇ। ਹਾਂਜੀ ਮੈਮ, ਇੱਕ ਚੀਜ਼ ਹੋਰ ਵੀ ਆ ਕਿ ਬੱਚੇ ਟਰੂ ਫਾਲਸ ਨੋਟ ਗਿਵਨ ਕੁਐਸਚਨ ਜਿਹੜੇ ਹੁੰਦੇ ਆ, ਉਹਨਾਂ 'ਚ ਕਾਫੀ ਉਹ ਕਨਫਿਊਜ਼ ਹੋ ਜਾਂਦੇ ਆ, ਕਿਉਂਕਿ ਕਈ ਵਾਰੀ ਆਪਾਂ ਨੂੰ ਕੀ ਲੱਗਦਾ ਹੁੰਦਾ ਵੀ ਨੋਟ ਗਿਵਨ ਵੀ ਹੋ ਸਕਦਾ ਜਾਂ ਫਾਲਸ ਹੋ ਸਕਦਾ। ਸੋ ਕਾਫੀ ਵਾਰੀ ਇਹਨਾਂ ਦੋਨਾਂ 'ਚ ਕਨਫਿਊਜ਼ ਰਹਿੰਦੇ ਬੱਚੇ ਨਾ। ਤੁਸੀਂ ਇਹਦੇ ਲਈ ਖਾਸ ਤੌਰ 'ਤੇ ਕੀ ਬੱਚਿਆਂ ਨੂੰ ਸੁਜੈਸਟ ਕਰਦੇ, ਜਿਹੜੇ ਤੁਹਾਡੇ ਇੱਥੇ ਯੂਰੇਸ਼ੀਆ 'ਚ ਵੀ ਆਉਂਦੇ ਆ ਨਾ, ਕਿਉਂਕਿ ਜਿਵੇਂ ਮੈਂ ਦੇਖਿਆ ਤੁਹਾਡੇ ਇਹਨਾਂ ਦੇ ਬੈਂਡ ਸਕੋਰ ਕਾਫੀ ਬੱਚਿਆਂ ਦੇ ਅੱਛੇ ਰਹੇ ਆ ਨਾ, 8777 ਕਾਫੀ ਬੱਚਿਆਂ ਦੇ ਆਏ ਆ। ਸੋ ਮੈਮ, ਉਹ ਤੁਸੀਂ ਦੱਸੋ ਕਿ ਕਿਸ ਤਰ੍ਹਾਂ ਤਿਆਰੀ ਕਰਾਉਣੀ ਹੈ ਜੀ। ਟਰੂ ਫਾਲਸ ਨੋਟ ਗਿਵਨ ਦਾ ਕਨਸੈਪਟ ਸਰ ਬਹੁਤ ਮੇਜਰ ਕਨਸੈਪਟ ਹੈ, ਇਹ ਬੈਂਡ ਸਕੋਰ ਨੂੰ ਅੱਗੇ ਵੀ ਲੈ ਜਾਂਦਾ, ਪਿੱਛੇ ਵੀ ਲਿਆਉਂਦਾ। ਤਾਂ ਇਹਦੇ ਲਈ ਅਸੀਂ ਉਹਨਾਂ ਨੂੰ ਹਮੇਸ਼ਾ ਸਿਖਾਉਣਾ ਕਿ ਉਹ ਕਿਹੋ ਜਿਹੀ ਵੋਕੈਬਲਰੀ, ਹੁਣ ਇੱਥੇ ਸਿਨੋਨਿਮ ਸਿੱਖਣੇ ਪੈਂਦੇ ਆ ਬੱਚਿਆਂ ਨੂੰ, ਤਾਂ ਕਿ ਉਹ ਮੀਨਿੰਗ ਨੂੰ ਸਮਝ ਕੇ ਹੀ ਆਪਣਾ ਆਨਸਰ ਟੇਕ ਕਰ ਲੈਣ, ਜਿਹਦੇ ਨਾਲ ਉਹਨਾਂ ਦਾ ਟਾਈਮ ਵੀ ਸੇਵ ਹੁੰਦਾ, ਜ਼ਿਆਦਾ ਵੀ ਨਹੀਂ ਉਹਨਾਂ ਨੂੰ ਰੀਡ ਕਰਨਾ ਪੈਂਦਾ। ਹਾਂਜੀ ਹਾਂਜੀ ਮੈਮ, ਇਹਦੇ ਵਿੱਚ ਇਹ ਵੀ ਕਿ ਰੀਡਿੰਗ ਲਈ ਤੁਸੀਂ ਕੁਝ ਖਾਸ, ਜੋ ਬੱਚੇ ਚਲੋ ਘਰੇ ਵੀ ਤਿਆਰੀ ਕਰ ਰਹੇ, ਆਪਣੇ ਇੰਟਰਨੈਟ ਤੋਂ ਵੀ ਤਿਆਰੀ ਕਰ ਰਹੇ, ਤੁਸੀਂ ਉਹਨਾਂ ਨੂੰ ਕੁਝ ਖਾਸ ਦੱਸੋਗੇ ਰੀਡਿੰਗ ਉਹ ਕਿਸ ਤਰ੍ਹਾਂ ਕਰਨ, ਕਿਉਂਕਿ ਬੱਚੇ ਨਿਊਜ਼ ਪੇਪਰ ਪੜ੍ਹਨਾ ਪ੍ਰੈਫਰ ਨਹੀਂ ਕਰਦੇ ਕਾਫੀ, ਹੈ ਨਾ। ਸੋ ਤੁਸੀਂ ਦੱਸੋ ਕਿ ਤੁਸੀਂ ਨਿਊਜ਼ ਪੇਪਰ ਪੜ੍ਹਦੇ ਸੀ ਜਾਂ ਕਿਸ ਤਰ੍ਹਾਂ ਤੁਸੀਂ ਤਿਆਰੀ ਕਰਦੇ ਸੀ, ਉਹਦੇ ਬਾਰੇ ਵੀ ਥੋੜ੍ਹਾ ਜਿਹਾ ਸਾਡੇ ਸਰੋਤਿਆਂ ਨੂੰ ਜਾਣਨਾ ਪਾਓ। ਹਾਂਜੀ ਸਰ, ਨਿਊਜ਼ ਪੇਪਰ 'ਚ ਇਸ ਤਰ੍ਹਾਂ ਸਾਰੇ ਹੀ ਕਰਦੇ ਨਾ, ਟਾਈਮ ਨਹੀਂ ਹੁੰਦਾ, ਬਟ ਆਪਾਂ ਹੈਡਲਾਈਨਸ ਪੜ੍ਹ ਲੈਂਦੇ, ਉਹ 'ਚ ਕਾਫੀ ਕੁਛ ਮਿਲ ਜਾਂਦਾ। ਬਟ ਇਸ ਤੋਂ ਬਿਨਾਂ ਜੇ ਆਪਾਂ ਗੱਲ ਕਰੀਏ, ਬੁੱਕਸ ਜ਼ਿਆਦਾ ਪ੍ਰੈਫਰ ਕਰਨੀਆਂ ਚਾਹੀਦੀਆਂ ਨੇ, ਕਿਉਂਕਿ ਨਿਊਜ਼ ਪੇਪਰ ਦੀ ਤਾਂ ਨੌਲੇਜ ਥੋੜ੍ਹੀ ਵਾਸਟ ਹੋ ਜਾਂਦੀ ਹੈ, ਬੁੱਕਸ ਹੀ ਹੁੰਦੀਆਂ ਜਿਹੜੀ ਇੱਕ ਸਹੀ ਪਲੈਟਫਾਰਮ 'ਤੇ ਲਿਜਾ ਸਕਦੀਆਂ ਰੀਡਿੰਗ ਕਰਨ ਲਈ। ਤੁਸੀਂ ਮੈਮ ਇੱਥੇ ਰੀਡਿੰਗ ਦੀ ਕਿਸ ਤਰ੍ਹਾਂ ਤਿਆਰੀ ਕਰਾਉਣੀ ਹੋ ਜੀ ਯੂਰੇਸ਼ੀਆ 'ਤੇ? ਅਸੀਂ ਇੱਥੇ ਸਰ ਰੀਡਿੰਗ ਨੂੰ ਪਾਰਟਸ 'ਚ ਡਿਵਾਈਡ ਕਰ ਰੱਖਿਆ, ਜਿਵੇਂ ਟਰੂ ਫਾਲਸ ਹੋ ਗਏ ਜਾਂ MCQs ਹੋ ਗਏ, ਤਾਂ ਉਹਨਾਂ ਦੇ ਬੇਸਿਸ ਹੀ ਅਸੀਂ ਬੱਚਿਆਂ ਨੂੰ ਟਿਪਸ ਦਿੰਦੇ ਕਿ MCQs ਜੇ ਆ ਗਏ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਸੋਲਵ ਕਰਨੇ ਆ, ਕੁਐਸਚਨਸ ਜੇ ਫਿਲਪਸ ਆ ਗਈਆਂ ਤਾਂ ਕਿਵੇਂ ਵਰਡ ਲੱਭਣਾ, ਤਾਂ ਉਹ ਚੀਜ਼ ਦੀ ਅਸੀਂ ਪਹਿਲਾਂ ਉਹਨਾਂ ਨੂੰ ਉਹੀ ਹੈ ਕਿ ਉਹਨਾਂ ਦੀ ਥੋੜ੍ਹੀ ਇੰਗਲਿਸ਼ ਦਾ ਲੈਵਲ ਹੈ, ਇਨਹਾਂਸ ਕਰਦੇ ਹਾਂ ਗ੍ਰਾਮਰ ਕਲਾਸਿਸ ਪ੍ਰੋਵਾਈਡ ਕਰਕੇ, ਤਾਂ ਕਿ ਉਹ ਮੀਨਿੰਗ ਮੈਚ ਕਰੇ, ਕਿਉਂਕਿ ਰੀਡਿੰਗ ਦੇ ਵਿੱਚ ਵੀ ਆਪਾਂ ਦੇਖ ਸਕਦੇ ਕਿ ਜੇ ਬੰਦੇ ਦੀ ਵੋਕੈਬ ਵਧੀਆ ਤਾਂ ਹੀ ਉਹ ਰੀਡਿੰਗ ਕਲੀਅਰ ਕਰੂਗਾ ਨਾ ਜੀ, ਕਿਉਂਕਿ ਇੱਕ ਵਰਡ ਦੇ ਮੀਨਿੰਗ ਕਾਫੀ ਹੋ ਜਾਂਦੇ, ਸਿਨੋਨਿਮਸ ਕਾਫੀ ਹੋ ਜਾਂਦੇ ਉਹਦੇ ਜੀ। ਸੋ ਨੈਕਸਟ ਦੋਸਤੋ, ਆਪਾਂ ਗੱਲ ਕਰਦੇ ਹਾਂ ਲਿਸਨਿੰਗ ਦੀ। ਸੋ ਮੈਮ ਦੇ ਲਿਸਨਿੰਗ ਵਿੱਚੋਂ ਵੀ 8.5 ਆ, ਸੋ ਮੈਮ ਤੁਸੀਂ ਲਿਸਨਿੰਗ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਸਾਰਾ ਜੀ, ਕਿੱਦਾਂ ਕੀਤਾ ਨਾ ਸਰੋਤਿਆਂ ਨੂੰ? ਲਿਸਨਿੰਗ ਸਰ ਬਹੁਤ ਕੰਪਲੀਕੇਟਡ ਜਿਹਾ ਟਾਸਕ ਹੁੰਦਾ, ਇੱਕ ਵਾਰ ਹੀ ਪਲੇ ਹੁੰਦੀ ਹੈ ਸਾਰੀ ਆਡੀਓ, ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਕੰਸੈਂਟਰੇਸ਼ਨ ਚਾਹੀਦੀ ਹੈ। ਇਹ ਨਹੀਂ ਮੈਂ ਕਹਿੰਦੀ ਕਿ ਇੱਕ ਦਿਨ 'ਚ 50 ਤੁਸੀਂ ਆਡੀਓ ਸੁਣ ਲਓ, ਨਹੀਂ, ਤੁਸੀਂ 2 ਵੀ ਸੁਣਦੇ ਹੋ ਅਤੇ ਉਹਨਾਂ ਨੂੰ ਵੀ ਬਹੁਤ ਧਿਆਨ ਨਾਲ ਸੁਣਦੇ ਹੋ, ਉਹ ਮੱਚ ਵਰਥ ਹੁੰਦੀਆਂ ਨੇ, ਬਹੁਤ ਵੈਲੂਏਬਲ ਹੁੰਦੀਆਂ ਨੇ। ਇਹ ਤੋਂ ਬਿਨਾਂ ਜਦੋਂ ਆਪਾਂ ਲਿਖਦੇ ਹਾਂ ਆਨਸਰ ਟ੍ਰਾਂਸਫਰ ਕਰਨ ਵੇਲੇ, ਬਹੁਤ ਬੱਚੇ ਗਲਤੀ ਕਰ ਦਿੰਦੇ ਆ, SES ਕਰਕੇ ਉਹਨਾਂ ਦੇ ਬੈਂਡ ਸਕੋਰ ਘੱਟ ਜਾਂਦੇ ਆ, ਤਾਂ ਫਿਰ ਉਹੀ ਮੈਂ ਗੱਲ ਕਹੂੰ, ਗ੍ਰਾਮਰ ਕਲਾਸਿਸ ਜਿਵੇਂ ਅਸੀਂ ਯੂਰੇਸ਼ੀਆ 'ਚ ਦਿੰਦੇ ਹਾਂ, ਪਹਿਲਾਂ ਬੱਚੇ ਨੂੰ ਸੈਂਟੈਂਸ ਦਾ ਮੀਨਿੰਗ ਸਮਝ ਆਉਣਾ ਚਾਹੀਦਾ, ਫਿਰ ਹੀ ਉਹ ਸਿੰਗੂਲਰ ਪਲੂਰਲ ਲਿਖ ਸਕਦੇ ਆ। ਹਾਂਜੀ ਮੈਮ, ਕਾਫੀ ਇੱਕ ਚੀਜ਼ ਮੈਂ ਕੁਐਸਚਨ ਹੋਰ ਵੀ, ਕਾਫੀ ਲੋਕ ਕਹਿੰਦੇ ਆ ਕਿ ਤੁਸੀਂ ਇੰਗਲਿਸ਼ ਮੂਵੀਜ਼ ਦੇਖੋ, ਜਾਂ ਬੱਚੇ ਨੂੰ ਜੇ ਕਹਿੰਦੇ ਵੀ ਤੁਸੀਂ ਸਬਟਾਈਟਲ ਦੇਖ ਲਓ, ਕਿਉਂਕਿ ਜੇ ਇੰਗਲਿਸ਼ ਮੂਵੀਜ਼ ਪਹਿਲਾਂ ਸਟਾਰਟਿੰਗ ਵਿੱਚ ਦੇਖਦੇ ਤਾਂ ਉਹਨਾਂ ਨੂੰ ਸਮਝ ਨਹੀਂ ਆਉਂਦੀ।
ਸੋ ਜਦੋਂ ਬੱਚੇ ਇੰਗਲਿਸ਼ ਮੂਵੀਜ਼ ਦੇਖਣੀ ਸ਼ੁਰੂ ਕਰਦੇ ਆ, ਜਦੋਂ ਸਬ ਟਾਈਟਲ ਦੇਖਦੇ ਆ, ਤਾਂ ਉਹ ਪਹਿਲੇ ਸਬ ਟਾਈਟਲ ਪੜ੍ਹਦੇ ਰਹਿੰਦੇ, ਮੇਰੇ ਅਕੋਰਡਿੰਗ ਉਹਦੇ 'ਚ ਵੀ ਉਹਨਾਂ ਨੂੰ ਜ਼ਿਆਦਾ ਬੈਨੀਫਿਟ ਨਹੀਂ ਮਿਲਦਾ। ਸੋ ਤੁਸੀਂ ਮੈਮ ਇਹਦੇ ਬਾਰੇ ਕੀ ਕਹੋਗੇ ਕਿ ਇੰਗਲਿਸ਼ ਮੂਵੀਜ਼ ਇਹ ਇੰਪਰੂਵ ਕਰਦੀ ਹੈ ਆਪਣੀ ਲਿਸਨਿੰਗ ਨੂੰ ਕਿ ਨਹੀਂ? ਨਹੀਂ ਸਰ, ਮੈਂ ਤਾਂ ਇਹ ਕਹੂੰਗੀ ਕਿ ਜਿੱਥੇ ਆਲਸੀ ਗੱਲ ਆਉਂਦੀ ਹੈ ਉੱਥੇ ਇੰਗਲਿਸ਼ ਮੂਵੀਜ਼ ਇੰਨਾ ਬੈਨੀਫਿਟ ਨਹੀਂ ਕਰ ਸਕਦੀਆਂ। ਇਸ ਤੋਂ ਅੱਛਾ ਬੱਚੇ ਆਡੀਓ ਸੁਣਨ ਵਾਰ ਵਾਰ ਜੋ ਆਇਲਸ ਨਾਲ ਹੀ ਰਿਲੇਟਡ ਹੁੰਦੀ ਹੈ ਅਤੇ ਪੁਆਇੰਟਸ ਲਿਖਦੇ ਰਹਿਣ ਅਤੇ ਬਾਅਦ ਵਿੱਚ ਆਂਸਰ ਇਵੈਲੂਏਟ ਕਰਕੇ ਲਿਖਣਾ ਉਹਨਾਂ ਲਈ ਜ਼ਿਆਦਾ। ਮੈਮ ਤੁਸੀਂ ਆਪਣਾ ਦੱਸੋ, ਤੁਸੀਂ ਕਿਸ ਤਰ੍ਹਾਂ ਤਿਆਰੀ ਕਰਦੇ ਸੀ ਲਿਸਨਿੰਗ ਦੀ? ਮੈਂ ਸਰ ਲਿਸਨਿੰਗ ਆਡੀਓ ਸੁਣਦੀ ਸੀ ਅਤੇ ਉਹਦੇ ਨਾਲ ਫਿਰ ਜੋ ਵੀ ਪੁਆਇੰਟਸ ਮੈਨੂੰ ਲੱਗਦੇ ਸੀ ਕਿ ਇਹ ਬੋਲੇ ਗਏ ਤੁਸੀਂ ਲਿਸਨਿੰਗ ਆਡੀਓਸ ਕਹਿ ਮੈਮ ਲਿਸਨਿੰਗ ਆਡੀਓਸ ਜਿਹੜੇ ਆਪਣੇ ਐਗਜ਼ਾਮ ਵਾਲੇ ਹੁੰਦੇ ਆ ਕੁਛ ਉਸ ਤਰ੍ਹਾਂ ਦਾ ਜਿਹੜਾ ਪ੍ਰੈਕਟਿਸ ਟੈਸਟ ਦੇ ਹੁੰਦੇ ਉਹ? ਹਾਂਜੀ ਸਰ ਬਿਲਕੁਲ, ਪ੍ਰੈਕਟਿਸ ਟੈਸਟ ਜਿਵੇਂ ਕੈਂਬਰਿਜ ਦੀਆਂ ਬੁੱਕਸ 'ਚ ਵੀ ਅਵੇਲੇਬਲ ਹੁੰਦਾ, ਉਹ ਆਪਾਂ ਫੋਲੋ ਕਰ ਸਕਦੇ ਹਾਂ। ਓਕੇ, ਸੋ ਨੈਕਸਟ ਆਪਾਂ ਗੱਲ ਕਰਦੇ ਹਾਂ ਸਪੀਕਿੰਗ ਦੀ। ਮੈਮ ਦੇ ਸਪੀਕਿੰਗ ਵਿੱਚੋਂ 7.5 ਬੈਂਡਸ ਆ। ਸੋ ਮੈਮ ਸਪੀਕਿੰਗ ਖਾਸ ਤੌਰ 'ਤੇ ਪੰਜਾਬੀਆਂ ਦੀ ਤਾਂ ਪ੍ਰੋਬਲਮ ਰਹਿੰਦੀ ਹੈ ਮੈਨੂੰ ਲੱਗਦਾ ਸਾਰਿਆਂ ਦੀ, ਹੈ ਨਾ? ਸੋ ਤੁਹਾਡੇ ਬਹੁਤ ਵਧੀਆ ਬੈਂਡ ਆਏ, ਤੁਸੀਂ ਸਪੀਕਿੰਗ ਦੀ ਕਿਸ ਤਰ੍ਹਾਂ ਤਿਆਰੀ ਕਰਦੇ ਸੀ? ਕਾਫੀ ਬੱਚੇ ਸਪੀਕਿੰਗ ਦੀ ਵਧੀਆ ਤਿਆਰੀ ਕਰ ਲੈਂਦੇ ਆ, ਜਦੋਂ ਆਪਸ ਵਿੱਚ ਗੱਲਬਾਤ ਕਰਦੇ ਉਹ ਕਰ ਲੈਂਦੇ ਆ, ਬਟ ਜਦੋਂ ਉਹ ਐਗਜ਼ਾਮੀਨਰ ਸਾਹਮਣੇ ਜਾਂਦੇ ਉਹ ਘਬਰਾ ਜਾਂਦੇ ਆ। ਸੋ ਤੁਸੀਂ ਉੱਥੇ ਮੈਨੂੰ ਦੱਸੋ ਜੀ, ਤੁਸੀਂ ਕਿਸ ਤਰ੍ਹਾਂ ਇਹ ਤਿਆਰੀ ਕਰਦੇ ਸੀ? ਖੁਦ ਤਿਆਰੀ ਕਰਦੇ ਸੀ, ਮਿਰਰ ਅੱਗੇ ਕਰਦੇ ਸੀ, ਜਾਂ ਕਿੱਦਾਂ ਕਰਦੇ ਸੀ ਤਿਆਰੀ? ਇਹ ਸਭ ਤੋਂ ਵਧੀਆ ਗੱਲ ਇਹ ਹੁੰਦੀ ਹੈ ਸਰ ਸਪੀਕਿੰਗ 'ਚ ਕਿ ਜਿਹਦੇ ਨਾਲ ਵੀ ਗੱਲ ਕਰੋ ਇੰਗਲਿਸ਼ 'ਚ ਹੀ ਕਰੋ, ਉਹ ਇੱਕ ਹੈਬਿਟ ਬਣ ਜਾਂਦੀ ਹੈ। ਉਹੀ ਚੀਜ਼ ਹੁੰਦੀ ਹੈ ਜਿਹੜੀ ਆਪਾਂ ਨੂੰ ਫਿਰ ਆਪਣੇ ਐਗਜ਼ਾਮੀਨਰ ਕੋਲ ਇੰਟਰਵਿਊ 'ਚ ਹੈਲਪ ਕਰਦੀ ਹੈ। ਬਿਲਕੁਲ ਜੀ। ਅਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ, ਜਦੋਂ ਬੱਚੇ ਜਾ ਕੇ ਐਗਜ਼ਾਮੀਨਰ ਸਾਹਮਣੇ ਬੈਠਦੇ ਆ, ਉਹ ਮਾਈਂਡਸੈਟ ਕਰ ਲੈਂਦੇ ਕਿ ਮੇਰਾ ਪੇਪਰ ਹੈ ਅਤੇ ਕਨਫਿਊਜ਼ ਹੋ ਜਾਂਦੇ ਨੇ, ਜਿਹਦੇ ਕਰਕੇ ਉਹ ਉੱਥੇ ਆਪਣਾ ਪਰਫਾਰਮ ਨਹੀਂ ਕਰ ਸਕਦੇ ਅਤੇ ਬੈਂਡ ਸਕੋਰ ਘੱਟ ਜਾਂਦਾ। ਮੈਮ ਤੁਸੀਂ ਕਿੱਦਾਂ ਕਹੋਗੇ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਤਿਆਰੀ ਕਰਨੀ ਚਾਹੀਦੀ ਹੈ ਸਪੀਕਿੰਗ ਦੀ, ਜੇ ਉਹ ਘਰ ਵੀ ਕਰ ਰਹੇ ਆ? ਜਾਂ ਮੈਂ ਤਾਂ ਵੈਸੇ ਇਹੀ ਕਹੂੰਗਾ ਕਿ ਤੁਸੀਂ ਯੂਰੇਸ਼ੀਆ ਮੋਹਾਲੀ ਵਿਖੇ ਆ ਕੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ। ਇਹਨਾਂ ਦੇ ਜਿਹੜੇ ਟੀਚਰਸ ਆ ਬਹੁਤ ਜ਼ਿਆਦਾ ਐਕਸਪਰਟ ਆ, ਜਿਵੇਂ ਆਪਾਂ ਮੈਮ ਨਾਲ ਗੱਲਬਾਤ ਕਰ ਰਹੇ ਹਾਂ, ਬਹੁਤ ਵਧੀਆ ਬੈਂਡ ਸਕੋਰ ਆਇਆ। ਸੋ ਹਮੇਸ਼ਾ ਜਿਵੇਂ ਕਹਿੰਦੇ ਕਿ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਹੈ, ਜੇ ਆਪਾਂ ਇੰਟਰਨੈਟ 'ਤੇ ਮੱਥਾ ਮਾਰਦੇ ਰਹਿੰਦੇ ਦੇਖਦੇ ਰਹਿੰਦੇ ਹਾਂ, ਪਰ ਦੋਸਤੋ ਇਕੱਲਾ ਇੰਟਰਨੈਟ ਹੀ ਸਭ ਕੁਛ ਨਹੀਂ ਹੈ, ਕਿ ਚੰਗੇ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਹੈ। ਸੋ ਮੈਨੂੰ ਖੁਦ ਨੂੰ ਬੜੀ ਖੁਸ਼ੀ ਹੋ ਰਹੀ ਆ ਅੱਜ ਮੈਨੂੰ ਟੀਚਰਸ ਨਾਲ ਮਿਲਿਆ, ਖਾਸ ਤੌਰ 'ਤੇ ਮੈਮ ਇੰਜੀਨੀਅਰ ਰੁਪਿੰਦਰ ਕੌਰ ਜੀ ਨਾਲ ਗੱਲਬਾਤ ਕਰਕੇ ਕਾਫੀ ਕੁਛ ਜਾਣਨ ਨੂੰ ਮਿਲਿਆ। ਸੋ ਤੁਸੀਂ ਯੂਰੇਸ਼ੀਆ ਮੋਹਾਲੀ ਇੱਕ ਵਾਰ ਜ਼ਰੂਰ ਆਓ, ਇਹਨਾਂ ਦਾ ਜਿਹੜਾ ਐਡਰੈਸ ਆ ਤੁਸੀਂ ਦੇਖ ਸਕਦੇ ਹੋ, ਇੱਥੇ ਵੀ ਲਿਖਿਆ ਹੋਇਆ, ਬਾਕੀ ਇਹਨਾਂ ਦਾ ਕੰਟੈਕਟ ਨੰਬਰ ਦਿੱਤਾ। ਸੋ ਇੱਕ ਵਾਰ ਫਿਰ ਦੋਸਤੋ ਆਪਾਂ ਮੈਮ ਨਾਲ ਸਪੀਕਿੰਗ ਦੀ ਗੱਲ ਕਰਦੇ ਹਾਂ ਜੀ। ਮੈਮ ਤੁਸੀਂ ਸਪੀਕਿੰਗ ਬਾਰੇ ਫਿਰ ਤੁਸੀਂ ਸਾਨੂੰ ਦੱਸੋ ਇੱਕ ਵਾਰੀ, ਕਿਉਂਕਿ ਸਪੀਕਿੰਗ ਜੇ ਕਲੀਅਰ ਹੋ ਜੇ ਮੈਨੂੰ ਲੱਗਦਾ ਵੀ ਕਾਫੀ ਸਾਰੀਆਂ ਪ੍ਰੋਬਲਮਸ ਕਲੀਅਰ ਹੋ ਜਾਣ। ਹਾਂਜੀ ਸਰ, ਸਪੀਕਿੰਗ ਜਦੋਂ ਬੱਚੇ ਦਿੰਦੇ ਆ ਉਹ ਆਪਣਾ ਬਿਲਕੁਲ ਪਰਸਨਲ ਵਿਊ ਦੇ ਦਿੰਦੇ ਆ ਸਰ, ਉਹਨਾਂ ਨੂੰ ਇੰਟਰਨੈਸ਼ਨਲ ਵਿਊ ਦੇਣਾ ਚਾਹੀਦਾ, ਮਤਲਬ ਲੋਕਾਂ ਦੀ, ਸਮਾਜ ਦੀ ਵੀ ਉੱਥੇ ਗੱਲ ਕਰਨੀ ਚਾਹੀਦੀ ਹੈ। ਇਹਦੇ ਨਾਲ ਪਤਾ ਲੱਗਦਾ ਹੈਗਾ ਐਗਜ਼ਾਮੀਨਰ ਨੂੰ ਕਿ ਬੰਦਾ ਕਿੰਨਾ ਕੁ ਜ਼ਿਆਦਾ ਉਹਦੀ ਸਮਝ ਹੈ, ਅਤੇ ਉਹ ਸੋਚਦਾ ਫਿਰ ਕਿ ਹਾਂ ਸਪੀਕਿੰਗ ਕੀ ਹੈ। ਫਿਰ ਇਹਦੇ ਵਿੱਚ ਗ੍ਰਾਮਰ ਵੀ ਡੈਫੀਨੇਟਲੀ ਧਿਆਨ ਰੱਖਣੀ ਪੈਂਦੀ ਹੈ, ਜਿਸ ਤਰ੍ਹਾਂ ਮੈਂ 6-7 ਵਰਡ ਵੋਕੈਬਲਰੀ ਦੇ ਹਮੇਸ਼ਾ ਪਾਉਂਦੀ ਸੀ, ਬਟ ਉਹੀ ਗੱਲ ਉਹ ਰੈਲੇਵੈਂਟ ਵੀ ਹੋਣੀ ਚਾਹੀਦੀ। ਤਾਂ ਫਿਰ ਇੱਥੇ ਅਗੇਨ ਟਿਊਟਰ ਦੀ ਲੋੜ ਹੁੰਦੀ ਹੈ ਜੋ ਆਪਾਂ ਨੂੰ ਗਾਈਡ ਕਰੇ ਕਿ ਇਹ ਵਰਡਸ ਪਾਉਣੇ ਚਾਹੀਦੇ ਨੇ ਜਾਂ ਨਹੀਂ ਪਾਉਣੇ ਚਾਹੀਦੇ। ਤੇ ਆਇਲਸ ਦੇ ਵਿੱਚ ਇੱਕ ਹੋਰ ਬਹੁਤ ਵੱਡੀ ਪ੍ਰੋਬਲਮ ਆ ਜਾਂਦੀ ਹੈ ਫਾਰਮਲ ਤੇ ਇਨਫਾਰਮਲ ਵਰਡਸ ਦੀ। ਆਪਾਂ ਯੂਜੁਅਲੀ ਕਹਿ ਦਿੰਦੇ ਹਾਂ ਇਹ ਲੋਟ ਆਫ, ਇਹ ਤਾਂ ਗਲਤ ਵਰਡ ਹੈ ਜਿਹਦੇ ਕਰਕੇ ਆਪਣੇ ਵਰਡ ਕੱਟੇ ਜਾਂਦੇ ਆ, ਨੰਬਰ ਕੱਟੇ ਜਾਂਦੇ ਆ। ਤਾਂ ਇਸ ਕਰਕੇ ਉਹਨਾਂ ਨੂੰ ਫਾਰਮਲ ਵਰਡਸ, ਇਨਫਾਰਮਲ ਵਰਡਸ ਦਾ ਸਪੈਸ਼ਲੀ ਧਿਆਨ ਰੱਖਣਾ ਚਾਹੀਦਾ। ਤੇ ਫੇਕ ਐਸੈਂਟ ਨਹੀਂ ਹੋਣਾ ਚਾਹੀਦਾ, ਆਪਾਂ ਸੋਚਦੇ ਆ ਅੰਗਰੇਜ਼ਾਂ ਵਾਂਗ ਬੋਲੀਏ, ਉਹ ਤਾਂ ਕਾਫੀ ਟਰਾਈ ਕਰਦੇ ਆ ਜੀ, 2-4 ਦਿਨ ਆਇਲਸ ਦੇ ਕਲਾਸਾਂ ਲਾ ਕੇ ਜਾਂ ਮੂਵੀਜ਼ ਦੇਖ ਕੇ ਟਰਾਈ ਕਰਦੇ ਆ ਨਾ, ਕਿਉਂਕਿ ਜਿਹੜਾ ਉੱਥੇ ਬੈਠੇ ਹੁੰਦੇ ਬਹੁਤ ਜ਼ਿਆਦਾ ਐਕਸਪਰਟ ਹੁੰਦੇ, ਮੈਨੂੰ ਤਾਂ ਇਹ ਲੱਗਦਾ ਕਿ ਉਹ ਬਿਲਕੁਲ ਸਮਝਦੇ, ਬੰਦਾ ਵੀ ਫਾਲਤੂ ਦੀਆਂ ਗੱਲਾਂ ਕਰ ਰਿਹਾ ਨਾ, ਆਪਦੇ ਵੱਲੋਂ ਟਰਾਈ ਕਰ ਰਿਹਾ ਹੈ। ਹਾਂਜੀ, ਤਾਂ ਇਸ ਕਰਕੇ ਉਹ ਐਕਸੈਂਟ ਨੂੰ ਤਾਂ ਬਿਲਕੁਲ ਹੀ ਛੱਡ ਦੇਣਾ ਚਾਹੀਦਾ, ਨੈਚੁਰਲ ਇੰਡੀਅਨ ਐਕਸੈਂਟ 'ਚ ਹੀ ਕਲੀਅਰਲੀ ਬੋਲ ਕੇ ਬੈਂਡ ਸਕੋਰ ਲੈ ਜਾਓ। ਉਹ ਮੈਮ ਉਹੀ ਪ੍ਰੋਬਲਮ ਕੀ ਆ ਗਈ ਕਿ ਜਿਹੜੇ ਬੱਚੇ ਇੰਟਰਨੈਟ ਤੋਂ ਪੜ੍ਹਨ ਦੀ ਕੋਸ਼ਿਸ਼ ਕਰਦੇ, ਯੂਟਿਊਬ ਤੋਂ ਦੇਖਦੇ ਆ, ਉਹ ਗਲਤ ਲੋਕੀ ਟਿਪਸ ਦਿੰਦੇ ਰਹਿੰਦੇ ਆ, ਉਹਨਾਂ ਨੂੰ ਫੋਲੋ ਕਰ ਦਿੰਦੇ ਆ। ਸੋ ਦੋਸਤੋ ਗੱਲ ਉਹੀ ਹੈ ਕਿ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਆ।
ਸੋ ਜੇ ਤੁਸੀਂ ਵਧੀਆ ਆਇਲਸ 'ਚੋਂ ਬੈਂਡ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਵਾਰ ਯੂਰੇਸ਼ੀਆ ਮੋਹਾਲੀ ਵਿਖੇ ਆ ਕੇ ਜ਼ਰੂਰ ਵਿਜ਼ਿਟ ਕਰੋ, ਤੁਸੀਂ ਕੁਝ ਡੈਮੋ ਕਲਾਸਿਸ ਲਾ ਕੇ ਦੇਖੋ, ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ, ਨੰਬਰ ਇੱਥੇ ਦਿੱਤੇ ਆ। ਸੋ ਮੈਨੂੰ ਉਮੀਦ ਆ ਕਿ ਜਿਸ ਟੀਚਰ ਦੇ ਵਧੀਆ ਬੈਂਡ ਆਏ ਆ ਉਹ ਤੁਹਾਡੀ ਸਪੋਰਟ ਕਰ ਸਕਦਾ, ਤੁਹਾਨੂੰ ਹੈਲਪ ਕਰ ਸਕਦਾ, ਕਿਉਂਕਿ ਜਿਸ ਬੰਦੇ ਦੇ ਖੁਦ ਦੇ ਬੈਂਡ ਆਏ ਹੋਣਗੇ ਉਹੀ ਤੁਹਾਨੂੰ ਦੱਸ ਸਕਦੇ ਕਿ ਇਸ ਤਰ੍ਹਾਂ ਬੈਂਡ ਲੈ ਸਕਦੇ ਹੋ। ਸੋ ਇਹ ਤਾਂ ਸਾਡੀ ਇੱਕ ਛੋਟੀ ਜਿਹੀ ਇੰਟਰਵਿਊ ਸੀ। ਜੇ ਦੋਸਤੋ ਤੁਸੀਂ ਪੂਰੇ ਵਿਸਤਾਰ ਵਿੱਚ ਇਹਨਾਂ ਤੋਂ ਜਾਣਨਾ ਚਾਹੁੰਦੇ ਹੋ, ਮੈਂ ਕਹੂੰਗਾ ਕਿ ਤੁਸੀਂ ਆਓ ਇੱਥੇ ਅਤੇ ਮਿਲੋ। ਸੋ ਦੋਸਤੋ ਇਸ ਵੀਡੀਓ ਵਿੱਚ ਇੰਨੇ, ਮੈਨੂੰ ਉਮੀਦ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਜੇ ਦੋਸਤੋ ਵੀਡੀਓ ਵਧੀਆ ਲੱਗੀ ਤੁਸੀਂ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਿਓ, ਅਤੇ ਨਾਲ ਦੀ ਨਾਲ ਤੁਸੀਂ ਆਪਣੀ ਰਾਏ ਕਮੈਂਟਾਂ ਵਿੱਚ ਜ਼ਰੂਰ ਦਿਓ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਲੱਗੀ। ਬਾਕੀ ਇੱਕ ਵਾਰ ਮੈਂ ਤੁਹਾਨੂੰ ਇਹ ਗੱਲ ਕਹੂੰਗਾ ਕਿ ਤੁਸੀਂ ਯੂਰੇਸ਼ੀਆ ਮੋਹਾਲੀ ਵਿਖੇ ਆਪਣੀਆਂ ਡੈਮੋ ਕਲਾਸਿਸ ਲਾ ਕੇ ਜ਼ਰੂਰ ਦੇਖੋ, ਬਹੁਤ ਹੀ ਇਹਨਾਂ ਕੋਲ ਐਕਸਪੀਰੀਅੰਸ ਟੀਚਰ ਆ, ਉਹ ਬਹੁਤ ਵਧੀਆ ਪੜ੍ਹਾਉਂਦੇ ਆ, ਕਾਫੀ ਬੱਚੇ ਇੱਥੋਂ 8777 ਬੈਂਡ ਲੈ ਚੁੱਕੇ ਆ। ਸੋ ਦੋਸਤੋ ਇਸ ਵੀਡੀਓ ਵਿੱਚ ਇੰਨੇ, ਮੈਂ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹਾਂ। ਅਤੇ ਅੰਤ ਵਿੱਚ ਦੋਸਤੋ ਮੈਂ ਤੁਹਾਨੂੰ ਕਹੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੋਲੀ ਬਾਬਾ ਜੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਵਧੀਆ ਵਧੀਆ ਵੀਡੀਓ ਹਰ ਰੋਜ਼ ਵੇਖਣ ਲਈ ਆਪਣੇ ਚੈਨਲ ਨੂੰ ਇਸ ਵੀਡੀਓ ਦੇ ਹੇਠਾਂ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਜ਼ਰੂਰ ਸਬਸਕ੍ਰਾਈਬ ਕਰ ਲਓ, ਅਤੇ ਨਾਲ ਆ ਰਹੇ ਬੈੱਲ ਦੇ ਬਟਨ 'ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਇੰਨੇ ਸ਼ਬਦਾਂ ਨਾਲ ਆਪਣੇ ਦੋਸਤ ਜਗਮੀਤ ਬਰਾੜ ਨੂੰ ਦਿਓ ਇਜਾਜ਼ਤ, ਮਿਲਦੇ ਕਿਸੇ ਹੋਰ ਵੀਡੀਓ ਨਾਲ, ਤੁਸੀਂ ਖੁਸ਼ ਰਹੋ, ਤੰਦਰੁਸਤ ਰਹੋ, ਸਤਿ ਸ਼੍ਰੀ ਅਕਾਲ ਜੀ।